इस वेले असी बठिंडा दी नवी बस्ती दे विच मौजूद हैं। गली नंबर 3 है ये। तस्वीरां इत्थों दी भी दिखाउण दी कोशिश करदे हैं। जिन्हें इत्थे रिहायशी मकान ने, हर एक मकान दे अंदर पानी जा चुका है ते हर एक जिहड़े इत्थे इत्थों दे वसनीक ने उन्हां दा भारी नुकसान होया है। सीवरेज सिस्टम तुसी देख सकदे हो। मानसून प्री मानसून की पहली बरसात है ये। एक भाजी खड़े ने, इन्हां नाल भी गल करांगे। इन्हां दे भी घर दे विच पानी है जिहड़ा पूरी तरह दे विच जा चुका है। तुसी देख सकते हो तस्वीरां जिहड़ा इन्हां ने बड़ी मशक्कत दे नाल अपना समान वगैरह इकट्ठा करके एक पलंग ते रख्या होया। उस तो बाद उपर जिहड़ा बैड लगा रखे ने ते कोई खाण पीण दा जिहड़ा सिस्टम नहीं बनाया क्योंकि पानी बहुत ज़्यादा है, गंदगी हो रही है। तो इन्हां नाल गल करन दी भी कोशिश करांगे। कदों तो जिहड़ा इह प्रॉब्लम आ रही है भाजी, किन्ना टाइम हो गया इह प्रॉब्लम नूं फेस करदे? ਇਹਨੂੰ ਤਾਂ ਬਹੁਤ ਸਾਲ ਹੋ ਗਏ ਜੀ, 10-15 ਸਾਲ ਹੋ ਗਏ ਐਂ ਪਾਣੀ ਆ ਰਿਹਾ, ਬਹੁਤ ਜ਼ਿਆਦਾ ਪਾਣੀ ਆ ਰਿਹਾ। ਔਰ ਜਦੋਂ ਵੀ ਬਾਰਿਸ਼ ਹੁੰਦੀ ਹੈ ਸਾਨੂੰ ਇਹੀ ਤਕਲੀਫਾਂ ਹੁੰਦੀਆਂ, ਇਹਦਾ ਹਰ ਵਾਰੀ ਅਸੀਂ ਸਾਹਮਣਾ ਕਰਦੇ ਹਾਂ। ਮਤਲਬ ਇੰਨਾ ਇੰਨਾ ਜ਼ਿਆਦਾ ਪਾਣੀ ਆ ਜਾਂਦਾ, ਦੋ ਦਿਨ ਪਾਣੀ ਨਹੀਂ ਨਿਕਲਦਾ। ਹੁਣ ਫਿਰ ਖਾਣ ਪੀਣ ਦਾ ਕਿਵੇਂ ਕਰ ਰਹੇ ਹੋ ਸਿਸਟਮ? ਕੀ ਮਤਲਬ ਉੱਪਰ ਬਣਾ ਰੱਖਿਆ ਜਾਂ ਕਿਵੇਂ? ਨਹੀਂ ਜੀ, ਖਾਣ ਪੀਣ ਦਾ ਸਵੇਰ ਦਾ ਤਾਂ ਕੁਛ ਖਾਇਆ ਨਹੀਂ, ਬਾਕੀ ਹੁਣ ਕੁਛ ਸਿਸਟਮ ਬਣਾਵਾਂਗੇ, ਕੋਈ ਮਾੜਾ ਮੋਟਾ ਪਾਣੀ ਨਿਕਲੂਗਾ ਕੁਛ ਸਿਸਟਮ ਬਣਾਵਾਂਗੇ। ਅੱਛਾ, ਅਸੀਂ ਦੇਖ ਰਹੇ ਹਾਂ ਇਹ ਤੁਸੀਂ ਪਾਣੀ ਰੋਕਣ ਦੇ ਲਈ ਲਗਾ ਰੱਖਿਆ ਸੀਗਾ? ਬਿਲਕੁਲ, ਪਾਣੀ ਰੋਕਣ ਲਈ ਲਗਾਇਆ, ਪਰ ਇਹਦੇ ਉੱਪਰ ਦੀ ਪਾਣੀ ਆ ਗਿਆ। ਇੱਧਰ ਵੀ ਲਗਾਇਆ ਸੀ, ਇਹ ਸਭ ਇਹਦੇ ਉੱਪਰ ਦੀ ਪਾਣੀ ਆ ਗਿਆ। ਔਰ ਸਾਰਾ ਸਮਾਨ ਤੁਸੀਂ ਦੇਖੋ ਵੀ ਸਾਰਾ ਸਮਾਨ ਖਰਾਬ ਹੋ ਰਿਹਾ, ਔਰ ਸਭ ਕਿਚਨ ਬਾਥਰੂਮ ਸਭ ਪਾਣੀ ਦੇ ਭਰੇ ਹੋਏ ਆ। ਪ੍ਰਸ਼ਾਸਨ ਕੀ ਕਰ ਰਿਹਾ? ਪ੍ਰਸ਼ਾਸਨ ਤਾਂ ਅਸੀਂ ਤਾਂ ਜੀ ਆਪਦਾ ਸਮਾਨ ਬਚਾਉਣ 'ਤੇ ਲੱਗੇ ਹੋਏ, ਸਾਨੂੰ ਤਾਂ ਪ੍ਰਸ਼ਾਸਨ ਦਾ ਕੁਛ ਪਤਾ ਹੀ ਨਹੀਂ ਵੀ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ। ਉਹ ਤਾਂ ਵਧੀਆ ਆਪਦੇ ਮੌਜਾਂ ਨਾਲ ਆਪਦੇ ਘਰਾਂ ਦੇ ਵਿੱਚ ਬੈਠੇ ਆ ਜੀ, ਪਰ ਅਸੀਂ ਡੁੱਬ ਰਹੇ ਹਾਂ। ਕਿੰਨਾ ਕਿੰਨਾ ਪਾਣੀ ਹੋਏਗਾ ਇਸ ਏਰੀਏ 'ਚ? ਪਾਣੀ ਤਾਂ ਹੁਣ ਤੁਸੀਂ ਐਂ ਲਾ ਲਓ ਵੀ ਮੇਰੇ ਇੱਥੇ ਤੱਕ ਪਾਣੀ ਆਉਂਦਾ ਸੀ ਤਾਂ ਇਹ ਪਾਣੀ ਘੱਟੋ ਘੱਟ 3-4 ਫੁੱਟ ਪਾਣੀ ਹੋਏਗਾ। ਤਾਂ ਦੇਖਿਆ ਤੁਸੀਂ ਕਿ ਜਿਹੜੇ ਇਸ ਇਲਾਕੇ ਦੇ ਵਸਨੀਕ ਨੇ ਉਹ ਕਿੰਨੀ ਮਸ਼ੱਕਤ ਕਰ ਰਹੇ ਨੇ, ਆਪਣਾ ਸਮਾਨ ਜਿਹੜਾ ਹੈ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਅਤੇ ਬੀਤੀ ਰਾਤ ਤੋਂ ਹੀ ਬਰਸਾਤ ਹੋ ਰਹੀ ਸੀ ਅਤੇ ਸੁਬਹਾ ਵੀ ਕਣੀਆਂ ਪਈਆਂ ਨੇ ਅਤੇ ਦੱਸ ਰਹੇ ਨੇ ਕਿ ਹੁਣ ਤੱਕ ਕੁਝ ਵੀ ਨਹੀਂ ਖਾਧਾ ਇਹਨਾਂ ਨੇ, ਅੰਨ ਦਾ ਦਾਣਾ ਵੀ ਨਹੀਂ ਖਾਧਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ। ਉੱਪਰ ਜਿਹੜਾ ਹੈ ਰਿਹਾਇਸ਼ ਦੇ ਲਈ ਕੁਝ ਵੀ ਨਹੀਂ ਬਣਿਆ, ਜਿਨ੍ਹਾਂ ਲੋਕਾਂ ਦੇ ਤਾਂ ਰਿਹਾਇਸ਼ ਦਾ ਇੰਤਜ਼ਾਮ ਹੈਗਾ ਉੱਪਰ ਉਹ ਨੀਚੋਂ ਸ਼ਿਫਟ ਕਰਕੇ ਉੱਪਰ ਜਾ ਰਹੇ ਨੇ, ਪਰ ਜਿਹੜੇ ਲੋਕਾਂ ਦਾ ਕੋਈ ਉੱਪਰ ਪੋਰਸ਼ਨ ਨਹੀਂ ਬਣਿਆ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਹੋਰ ਘਰ ਦੇ ਵਿੱਚ ਅਸੀਂ ਆਏ ਹਾਂ, ਨਵੀਂ ਬਸਤੀ ਗਲੀ ਨੰਬਰ 3 ਦਾ ਇਹ ਘਰ ਹੈ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਘਰ ਦੇ ਜਿਹੜੇ ਲੋਕ ਨੇ ਉਹ ਬੜੀ ਮਸ਼ੱਕਤ ਕਰ ਰਹੇ ਨੇ, ਪੂਰਾ ਘਰ ਦੇ ਵਿੱਚ ਪਾਣੀ ਭਰ ਚੁੱਕਾ ਹੈ। ਇਹ ਲੈਵਲ ਬਿਲਕੁਲ ਬਰਾਬਰ ਹੋ ਚੁੱਕਾ ਸੀ, ਹੁਣ ਵੀ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਣੀ ਬਾਹਰ ਕੱਢ ਲਿਆ ਜਾਵੇ। ਤੁਸੀਂ ਦੇਖ ਸਕਦੇ ਹੋ ਕਿ ਫਰਿੱਜ ਕੂਲਰ ਜਿਹੜਾ ਵੀ ਸਮਾਨ ਹੈ ਘਰ ਦਾ ਉਹ ਬਾਹਰ ਕੱਢਿਆ। ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਨੁਕਸਾਨ ਹੋ ਗਿਆ, ਕਿੰਨਾ ਪਾਣੀ ਇੱਥੇ ਭਰਿਆ ਸੀ। ਆਂਟੀ ਜੀ, ਕਿੰਨਾ ਕੁ ਪਾਣੀ ਇੱਥੇ ਭਰਿਆ ਸੀ? ਪੂਰਾ ਐਂ ਤੈਰ ਗਿਆ ਤਾਂ, ਉੱਪਰ ਤੱਕ ਤੈਰ ਗਿਆ ਤਾਂ ਪਾਣੀ, ਸਾਰਾ ਨੁਕਸਾਨ ਹੋ ਗਿਆ ਮੇਰਾ। ਕਿਸ ਕੀ ਕੀ ਚੀਜ਼ ਦਾ ਨੁਕਸਾਨ? ਫਰਿੱਜ ਹੋ ਗਿਆ, ਇਹ ਮਾਸਿੰਗ ਮਸ਼ੀਨ ਹੋ ਗਈ, ਔਰ ਇਹ ਸਮਾਨ ਤੈਰ ਗਿਆ, ਬੈੱਡ ਵਗੈਰਾ ਸਾਰੇ ਸਮਾਨ ਤੈਰ ਗਏ, ਪਾਣੀ ਵਾਲੀ ਮੋਟਰ ਹੋ ਗਈ ਖਰਾਬ, ਸਾਰਾ ਕੁਛ ਹੀ ਮਤਲਬ ਹੋ ਗਿਆ ਬੁਰਾ ਹਾਲ। ਤੁਸੀਂ ਦੱਸਣਾ ਚਾਹ ਰਹੇ ਸਰ, ਸਾਰੇ ਆਪਣੇ ਜਿਹੜੇ ਫਰਿੱਜ ਵਗੈਰਾ ਸੀਗੇ ਸਾਰੇ ਤੈਰ ਚੁੱਕੇ, ਤੁਸੀਂ ਦੇਖ ਸਕਦੇ ਹੋ ਇੱਥੇ ਸਾਰੇ ਆਪਣੇ ਬੈੱਡ ਵਗੈਰਾ ਉਹ ਸਾਰੇ ਆਪਣੇ ਤੈਰ ਗਏ ਹੈ, ਫਰਿੱਜ ਆ ਉਹ ਖਰਾਬ ਹੋ ਚੁੱਕੇ ਆ, ਮੋਟਰ ਆ ਸਾਰੀ ਖਰਾਬ ਹੋ ਚੁੱਕੀ ਹੈ, ਪਲਾਈਆ ਵਗੈਰਾ ਤੁਸੀਂ ਦੇਖ ਸਕਦੇ ਹੋ, ਸਾਰੇ ਸਮਾਨ ਵਗੈਰਾ ਦੇਖੋ ਕਿ ਨਾ ਸਾਰਾ ਖਰਾਬ ਹੋ ਚੁੱਕਿਆ, ਮਤਲਬ ਕਿ ਇਹ ਚੀਜ਼ ਦਾ ਬੜਾ ਨੁਕਸਾਨ ਹੋਇਆ ਪਾਣੀ। ਬਿਲਕੁਲ, ਅਸੀਂ ਦੇਖ ਰਹੇ ਹਾਂ ਸਾਰਾ ਸਮਾਨ ਖਰਾਬ ਹੋ ਚੁੱਕਿਆ, ਪਰ ਪ੍ਰਸ਼ਾਸਨ ਵੱਲੋਂ ਕੋਈ ਪਹੁੰਚ ਕੀਤੀ ਗਈ ਹੈ? ਨਹੀਂ, ਕੋਈ ਪਹੁੰਚ ਨਹੀਂ ਕੀਤੀ ਗਈ ਹੈ, ਕੋਈ ਕਿਸੇ ਚੀਜ਼ ਦੀ ਪਹੁੰਚ ਨਹੀਂ ਹੋਈ, ਅਤੇ ਇਸ ਚੀਜ਼ ਦਾ ਮਤਲਬ ਕਿ ਸਰਕਾਰ ਨੂੰ ਚਾਹੀਦਾ ਵੀ ਥੋੜ੍ਹਾ ਸੁਧਾਰ ਕਰੇ, ਨਾ ਕਮੇਟੀ ਨੂੰ ਕੀਤਾ ਜਾਵੇ ਫੋਨ ਵੀ ਇਸ ਚੀਜ਼ 'ਤੇ ਥੋੜ੍ਹਾ ਸੁਧਾਰ ਹੋਵੇ, ਲੋਕਾਂ ਦਾ ਨੁਕਸਾਨ ਕਿੰਨਾ ਹੁੰਦਾ, ਸਰਕਾਰ ਨੂੰ ਇਸ ਚੀਜ਼ ਵੱਲ ਥੋੜ੍ਹਾ ਗੌਰ ਕੀਤਾ ਜਾਵੇ। ਇੱਥੇ ਤੁਸੀਂ ਰਹਿ ਰਹੇ ਹੋ, ਪਾਣੀ ਪੂਰਾ ਭਰ ਗਿਆ, ਅਤੇ ਖਾਣ ਪੀਣ ਦਾ ਸਮਾਨ ਫਿਰ? ਖਾਣ ਪੀਣ ਦਾ ਭਾਅ ਜੀ ਸਾਰਾ ਸਮਾਨ ਤੁਸੀਂ ਰਸੋਈ ਜਾ ਕੇ ਦੇਖੋ, ਸਾਰਾ ਸਮਾਨ ਤੈਰੀ ਜਾਂਦਾ, ਬਰਤਨ ਵਗੈਰਾ ਸਾਰੇ A to Z ਤੈਰੀ ਜਾਂਦੇ ਆ, ਸਵੇਰ ਦੀ ਰੋਟੀ ਵਗੈਰਾ ਕਿਸੇ ਨੇ ਕੁਛ ਨਹੀਂ ਖਾਧਾ ਜੀ, ਬਾਜ਼ਾਰੋਂ ਮੰਗਾਇਆ, ਬ੍ਰੈਡ ਚਾਹ ਵਗੈਰਾ ਲਿੱਤੀ ਆ, ਬਸ ਹੋਰ ਕੁਛ ਨਹੀਂ ਹੈ ਜੀ ਇੱਥੇ। ਸਾਰੀ ਗਲੀ ਵਗੈਰਾ ਤੁਸੀਂ ਦੇਖ ਸਕਦੇ ਹੋ, ਸਾਰਾ ਕੁਛ ਭਰਿਆ ਹੋਇਆ, ਹਾਲੇ ਵੀ ਪਾਣੀ ਸਵੇਰ ਤੋਂ ਕੱਢਿਆ ਹੋਇਆ, ਅਸੀਂ ਸਵੇਰ 10 ਵਜੇ ਲੱਗੇ ਹੋਏ ਹਾਂ, ਹਾਲੇ ਤੱਕ ਪਾਣੀ ਨਹੀਂ ਨਿਕਲਿਆ ਪੂਰਾ ਬਸ ਜੀ। ਅਤੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਘਰ ਦੇ ਅੰਦਰ ਦੀਆਂ।
देख सकते हो तुसी तस्वीरां दे विच के जिन्ना भी समान है घर दे विच सारा खराब हो चुका है। जो फ्रिज सी वह भी इत्थे पानी दे विच तैर रहा सी, ते कूलर भी तैर रहा सी, वॉशिंग मशीन हर एक चीज़ है जिहड़ी वह पानी दे विच ही तैर रही सी ते खराब हो गई। जे मौसम विभाग की गल करिए हजे 3 दिन का होर बरसात दसी गई है, तो पहले दिन अज बरसात हुई है, सौन का महीना पहला दिन है, तो पहले दिन ही जेडे हालात ने देख सकते हो तुसी तस्वीर के विच के इन्हों का करियाने का काम है, तो जेडे भी प्रोडक्ट सीगे सेल करन वाले घरेलू समान का तो नुकसान होया ही है। इस दे नाल जेड़ा दुकान का समान सी वो भी पूरी तरह के नाल तहस नहस हो गया, उस तरह दूसरा कमरा भी भरया होया है। इस कमरे दे विच भी देख सकते हो कि जेड़ा टैलीविजन है उस दे उत्ते मैं कहूँगा जरा फोकस करके दिखाण के हुण भी मार्क लग्या होया कि किन्ना किन्ना पानी इस घर दे विच आ गया सी। देख सकते हो कि तमाम जेड़े इलैक्ट्रॉनिक प्रोडक्ट ने वो खराब हो चुके ने, ते बैड तुसी देख सकते हो कि हुण भी तैर रहा है एक बैड, ते परिवार वालों वालों जिहड़ी मशक्कत की जा रही है कि पानी हुण भी कढ़िया जाए। तो दस्या इन्हां ने कि सवेर का जिहड़ा इन्हां ने कुछ भी नहीं खादा, पानी कढ़न दे विच लगे हुए ने, पर पानी हजे तक जस तो मस नहीं होया। कैमरामैन हैप्पी दे नाल जुगनू शर्मा, दैनिक सवेरा टीवी, बठिंडा।